ਬਹੁਤ ਹੈ। ਇਹ ਗਵਰਨਰ ਨੇ ਕਿਹਾ ਸੂਬੇ ਵਿੱਚ 3 ਸਾਲ ਦੇ ਵਿੱਚ ਬਹੁਤ ਡਰੱਗਸ ਵੱਧ ਗਈ ਹੈ। ਗਵਰਨਰ ਨੇ ਕਿਹਾ ਪੰਜਾਬ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਨਸ਼ਾ ਫੈਲ ਰਿਹਾ ਹੈ, ਤਸਕਰਾਂ ਨੂੰ ਸਰਕਾਰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ। ਗਵਰਨਰ ਨੇ ਇਹ ਕਿਹਾ ਵਾਈਟ ਕਾਲਰ ਮੁਲਜ਼ਮਾਂ ਦੀ ਪਛਾਣ ਕਰਕੇ ਐਕਸ਼ਨ ਲਵੇ ਸਰਕਾਰ, ਨਸ਼ੇ ਨੂੰ ਜੜੋਂ ਖਤਮ ਕਰਨ ਦੀ ਜ਼ਰੂਰਤ ਹੈ, ਪੰਜਾਬ ਦੇ ਹਰ ਨਾਗਰਿਕ ਨੂੰ ਅੱਗੇ ਆਉਣਾ ਪਵੇਗਾ, ਗਵਰਨਰ ਨੇ ਇਹ ਵੀ ਕਿਹਾ। ਪੰਜਾਬ ਦੇ ਗਵਰਨਰ ਦਾ ਵੱਡਾ ਬਿਆਨ ਹੈ ਨਸ਼ੇ ਨੂੰ ਲੈ ਕੇ, ਸੂਬੇ ਵਿੱਚ ਨਸ਼ੇ ਨੂੰ ਲੈ ਕੇ ਗਵਰਨਰ ਨੇ ਵੱਡਾ ਬਿਆਨ ਦਿੱਤਾ ਹੈ। ਪੰਜਾਬ ਦੇ ਵਿੱਚ ਨਸ਼ਾ ਬਹੁਤ ਵੱਧ ਰਿਹਾ ਹੈ, ਪੰਜਾਬ ਦੇ ਵਿੱਚ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦੀ ਲੋੜ ਹੈ ਔਰ ਹਰ ਨਾਗਰਿਕ ਨੂੰ ਅੱਗੇ ਆਉਣਾ ਪਵੇਗਾ, ਗਵਰਨਰ ਨੇ ਇਹ ਵੀ ਕਿਹਾ। ਸਮਾਜਿਕ ਪੱਧਰ 'ਤੇ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਲੋਕ ਵੀ ਅੱਗੇ ਆਉਣ। ਜਨਮਦਿਨ ਪਰ ਸੰਕਲਪ ਲੈ, ਯਹਾਂ ਡਰੱਗਸ ਬਹੁਤ ਹੈ, ਪੰਜਾਬ ਮੇਂ ਫੈਲ ਰਹੀ ਹੈ, ਗਾਂਵ ਗਾਂਵ ਮੇਂ ਫੈਲ ਰਹੀ ਹੈ, ਆਪਕੀ ਟੀਮ ਕੋ ਉਸਕੋ ਇਰੇਡੀਕੇਟ ਕਰਨੇ ਕੇ ਲੀਏ ਲਗਾਈਏ, ਸਭੀ ਕਾ ਕਾਮ ਹੈ। ਮੈਂ ਦੇਖ ਰਹਾ ਹੂੰ 3 ਸਾਲ ਮੇਂ ਬਹੁਤ ਬੜ ਗਈ, ਮੇਰੇ ਆਨੇ ਕੇ ਬਾਅਦ ਮੈਂ ਓਬਜ਼ਰਵ ਕਰ ਰਹਾ ਹੂੰ, ਯੇ ਸਮਗਲਰ ਲੋਕੋਂ ਕਾ ਡਰੱਗਸ ਕੀ ਬੁਰਾਈਆਂ, ਚਿੰਤਾ ਹੋ ਰਹੀ ਹੈ ਸਕੂਲੋਂ ਮੇਂ ਕਾਲਜੋਂ ਮੇਂ, ਪ੍ਰਿੰਸੀਪਲ ਚਿੰਤਾ ਵਿਅਕਤ ਕਰਤਾ ਹੈ, ਟੀਚਰਸ ਚਿੰਤਾ ਵਿਅਕਤ ਕਰਤਾ, ਯੇ ਬੁਰਾਈ ਨਾ ਫੈਲੇ, ਦਵਾ ਦੋ, ਕਸ਼ ਕਰ ਦੋ, ਰੋਕ ਦੋ, ਉਸਕੇ ਲਈ ਹਰੇਕ ਨਾਗਰਿਕ ਕੋ, ਪੰਜਾਬ ਕੇ ਹਰ ਨਾਗਰਿਕ ਕੋ ਆਗੇ ਆਉਣਾ ਪਵੇਗਾ, ਜਾਗਰੂਕ ਰਹਿਣਾ ਪਵੇਗਾ, ਇਸੀ ਜ਼ਿਆਦਾ ਤੋਂ ਮੈਂ ਸਰਕਾਰ ਕੋ ਵੀ ਕਹਿਤਾ ਹੂੰ, ਕੜੀ ਤੇ ਕੜੀ ਸਜ਼ਾ ਦੀਜੀਏ, ਕੋਈ ਵੀ ਮਿਲਾ ਈਜ਼ੀ ਮਨੀ ਕੇ ਲੋਕ ਮੇਂ ਕੁਛ ਲੋਕ ਸਫੇਦ ਪੋਸਟ ਵੀ ਮਿਲ ਜਾਤੇ ਹੈ, ਆਈਡੈਂਟੀਫਾਈ ਕਰੋ ਪ੍ਰੋਬਲਮ ਆਓ, ਐਸੇ ਲੋਕਾਂ ਕੋ ਗ੍ਰਹਿਣੀ ਗਾਉਂ ਮੈਂ ਜੋ ਸਾਫ ਕਰਤੀ ਹੈ ਨਾ, ਕੰਕਰ ਨਿਕਾਲਤੀ ਜਾਂ ਫੇਂਕ ਦੇਤੀ ਹੈ, ਉਸੀ ਤਰ੍ਹਾਂ ਸੇ ਐਸੇ ਲੋਕੋ ਕੋ ਸਮਾਜ ਸੇ ਬਾਹਰ ਫੈਂਕੋ, ਫੇਂਕ ਦਿਆ ਗਿਆ ਹੈ। ਸੋ ਗਵਰਨਰ ਦਾ ਇਹ ਬਿਆਨ ਹੈ ਔਰ ਗਵਰਨਰ ਨੇ ਅਪੀਲ ਲੋਕਾਂ ਨੂੰ ਵੀ ਕੀਤੀ ਹੈ ਕਿ ਲੋਕ ਵੀ ਅੱਗੇ ਆਉਣ, ਪਰ ਜਿਹੜੀ ਗੱਲ ਉਹ ਕਹਿ ਰਹੇ ਨੇ ਕਿ 3 ਸਾਲਾਂ ਦੇ ਵਿੱਚ ਵਧਿਆ ਹੈ, ਮੇਰੇ ਆਉਣ ਤੋਂ ਬਾਅਦ ਮੈਂ ਓਬਜ਼ਰਵ ਕੀਤਾ ਕਿ 3 ਸਾਲਾਂ ਦੇ ਵਿੱਚ ਵਾਧਾ ਹੋਇਆ ਹੈ, ਨਸ਼ਾ ਵੱਧ ਗਿਆ ਪੰਜਾਬ ਦੇ ਵਿੱਚ। ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਸਾਹਿਬ ਸਾਡੇ ਨਾਲ ਮੌਜੂਦ ਨੇ ਫੋਨਲਾਈਨ 'ਤੇ। ਸੰਘੇੜਾ ਸਾਹਿਬ ਬਹੁਤ ਬਹੁਤ ਸਵਾਗਤ। ਗਵਰਨਰ ਦਾ ਬਿਆਨ ਪੰਜਾਬ ਦੇ ਵਿੱਚ ਨਸ਼ੇ ਦੇ ਵਿੱਚ ਵਾਧੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਹ ਵੱਧ ਗਿਆ, ਲਗਾਤਾਰ ਉਹਨਾਂ ਨੇ ਓਬਜ਼ਰਵ ਕੀਤਾ ਕਿ 3 ਸਾਲਾਂ ਦੇ ਵਿੱਚ ਜ਼ਿਆਦਾ ਵਾਧਾ ਹੋਇਆ। ਸੰਘੇੜਾ ਸਾਹਿਬ ਦੇਖੋ, ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, 2 ਸਾਲ ਦਾ ਸਮਾਂ ਜੇ ਪੂਰਾ ਨਹੀਂ ਹੋਇਆ, ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਹੈ ਤੇ ਪਹਿਲੇ ਦਿਨ ਤੋਂ ਹੀ ਵਾਅਦੇ ਦੇ ਅਨੁਸਾਰ, ਗਰੰਟੀਆਂ ਦੇ ਅਨੁਸਾਰ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਗੈਂਗਸਟਰਵਾਦ ਤੇ ਨਸ਼ਾਖੋਰੀ ਤੇ ਇਹਨਾਂ ਸਾਰੀਆਂ ਅਲਾਮਤਾਂ ਬਾਰੇ, ਹੋਰ ਜਿੰਨੀਆਂ ਵੀ ਸੀਗੀਆਂ, ਉਹਨਾਂ ਦੇ ਵਿਰੁੱਧ ਆਰ ਪਾਰ ਦੀ ਲੜਾਈ ਜਿਹੜੀ ਆ ਛੇੜੀ ਹੋਈ ਹੈ, ਕਿਸੇ ਲੈਵਲ ਤੇ ਕੋਈ ਕੰਪਰੋਮਾਈਜ਼ ਨਹੀਂ ਹੈ, ਦਰਜਣਾ ਗੈਂਗਸਟਰ ਜਿਹੜੇ ਆ ਫੜੇ ਜਾ ਚੁੱਕੇ ਆ, ਜੇਲ੍ਹਾਂ ਪਿੱਛੇ ਆ, ਔਰ ਕੋਈ 30 ਦਰਜਨ ਦੇ ਕਰੀਬ ਤੋਂ ਵੱਧ ਜਿਹੜੇ ਆ ਉਹ ਮੁਕਾਬਲਿਆਂ ਵਿੱਚ ਮਾਰੇ ਗਏ ਆ। ਡੂੰਘਾ ਰਿਸ਼ਤਾ ਆ ਨਸ਼ੇ ਦਾ, ਗੈਂਗਸਟਰਵਾਦ ਦਾ, ਹਥਿਆਰਾਂ ਦਾ, ਇਲੀਗਲ ਵੈਪਨਸ ਦਾ, ਇਹ ਮਤਲਬ ਇਹਦੇ ਵਿੱਚ ਸੋ ਇਹ ਕਾਰਵਾਈ ਹੋਈ ਆ। ਉਸ ਤੋਂ ਇਲਾਵਾ ਵੱਡੀਆਂ ਖੇਪਾਂ ਫੜੀਆਂ ਗਈਆਂ ਬਾਰਡਰ ਤੋਂ ਵੀ, ਵਿਦਿਨ ਪੰਜਾਬ ਵੀ, ਔਰ ਵੱਡੇ ਆਫਿਸਰ ਆਈ ਜੀ ਲੈਵਲ ਦੇ, DIG ਲੈਵਲ ਦੇ, ਜਿਹੜਾ ਵੀ ਕਿਤੇ ਕੋਈ ਫੜਿਆ ਗਿਆ ਆ
ਜਿਹੜਾ ਵੀ ਕਿਤੇ ਕਿਸੇ ਤੇ ਵੀ ਕੋਈ ਸਬੂਤ ਮਿਲਿਆ ਆ ਉਹਨੂੰ ਬਖਸ਼ਿਆ ਨਹੀਂ ਗਿਆ, ਪਹਿਲਾਂ ਤੇ ਕਾਰਵਾਈ ਹੁੰਦੀ ਹੋਈ ਨਹੀਂ ਸੀ। ਉਸ ਤੋਂ ਇਲਾਵਾ ਜੇਲ੍ਹਾਂ ਦੇ ਵਿੱਚ ਵੀ ਜਿਹੜਾ ਕਿਸੇ ਜੇਲ੍ਹ ਸੁਪਰਡੈਂਟ ਦਾ ਆ, ਚਾਹੇ ਕਿਸੇ ਛੋਟੇ ਅਫਸਰ ਦਾ, ਚਾਹੇ ਕਿਸੇ ਵੱਡੇ ਅਫਸਰ ਦਾ ਆ, ਉਹਦਾ ਨਾਂ ਵਿੱਚ ਆ ਗਿਆ ਤਾਂ ਉਹਨੂੰ ਬਖਸ਼ਿਆ ਨਹੀਂ ਗਿਆ। ਜ਼ੀਰੋ ਟੋਲਰੈਂਸ ਹੈ ਨਸ਼ਿਆਂ ਬਾਰੇ, ਗੈਂਗਸਟਰਵਾਦ ਬਾਰੇ ਤੇ ਹੋਰ ਜਿਹੜੀਆਂ ਅਲਾਮਤਾਂ ਪਿਛਲੇ ਸਮੇਂ ਵਿੱਚ ਪਨਪੀਆਂ ਆ। ਇਹ ਚੀਜ਼ ਜਿਹੜੀ ਵਧੀ ਕਦੋਂ ਆ? ਪਿਛਲੇ 15 ਸਾਲ ਦੇ ਰਾਜ ਦੌਰਾਨ ਬਹੁਤ ਇਹ ਚੀਜ਼ ਨੇ, ਇਹ ਗੈਂਗਸਟਰਵਾਦ ਨੇ ਵੀ ਤੇ ਨਸ਼ਾਖੋਰੀ ਨੇ ਵੀ ਆਪਣੀਆਂ ਜੜ੍ਹਾਂ ਪੰਜਾਬ 'ਚ ਡੂੰਘੀਆਂ ਲਾ ਲਈਆਂ ਸੀਗੀਆਂ। ਔਰ ਇੱਥੋਂ ਤੱਕ ਨਹੀਂ ਕਰ, ਇਹ ਜਿਹੜੇ ਕਾਰਟਲਸ ਹੈਗੇ ਆ ਇਹ ਇਹਨਾਂ ਦੇ ਵਿਦੇਸ਼ਾਂ ਤੱਕ ਰੂਟਸ ਹੈਗੀਆਂ ਆ। ਸੋ ਇਹਨੂੰ ਥੋੜ੍ਹਾ ਬਹੁਤ ਟਾਈਮ ਲੱਗੇਗਾ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈ ਗਵਰਨਰ ਸਾਹਿਬ ਦੀ ਨਾਲ ਕਿ ਇਹਨਾਂ ਪਿਛਲੇ 2 ਸਾਲਾਂ 'ਚ ਜਿਹੜਾ ਇਹ ਨਸ਼ਾ ਵਧਿਆ ਹੈ, ਪਿਛਲੇ 2 ਸਾਲਾਂ ਦੇ ਵਿੱਚ ਤਾਂ ਘਟਿਆ ਆ। ਔਰ ਆਰ ਪਾਰ ਦੀ ਲੜਾਈ ਛੇੜੀ ਹੋਈ ਆ ਔਰ ਸਾਰੇ ਜਿਹੜੇ ਐਟ ਦਾ ਰਨ ਨੇ, ਮਤਲਬ ਭਜਾਏ ਹੋਏ ਨੇ, ਪਰ ਇਹਦੀਆਂ ਕਿਉਂਕਿ ਜੜ੍ਹਾਂ ਬਹੁਤ ਲੱਗ ਚੁੱਕੀਆਂ, ਇਹਨੂੰ ਟਾਈਮ ਲੱਗੇਗਾ ਪੂਰੀ ਤਰ੍ਹਾਂ ਰੈਡੀਕੇਟ ਕਰਨ ਨੂੰ। ਇੱਕ ਬਹੁਤ ਵੱਡੀ ਮੁਹਿੰਮ ਚੱਲ ਰਹੀ ਹੈ ਪੰਜਾਬ ਦੇ ਵਿੱਚ। ਸੋ ਗਵਰਨਰ ਸਾਹਿਬ ਕਈ ਵਾਰੀ ਸਿਆਸੀ ਵੀ ਰੰਗਤ ਦੇ ਦਿੰਦੇ ਆ ਬਿਆਨ ਨੂੰ, ਅਦਰਵਾਈਜ਼ ਗਵਰਨਰ ਸਾਹਿਬ ਦਾ ਸਤਿਕਾਰ ਹੈ, ਉਹਨਾਂ ਨੇ ਕਿਹਾ ਕਿ ਸਾਰੇ ਪੰਜਾਬ ਵਾਸੀਆਂ ਦੀ ਲੜਾਈ ਆ ਇਹ, ਸਾਰਿਆਂ ਨੂੰ ਕੁੱਦਣਾ ਚਾਹੀਦਾ ਵਿੱਚ ਜੇ ਉਹ, ਇਹ ਸਾਰਾ ਕੁਛ ਸਹੀ ਹੈ। ਕਿਉਂਕਿ ਜਦੋਂ ਇਹ ਚੀਜ਼ ਇੰਨਾ ਘਰ ਘਰ ਜਾਵੇ ਨਾ ਨਸ਼ਾ, ਇਹ ਇੱਕ ਤਰ੍ਹਾਂ ਨਾਲ ਸੋਸ਼ਲ ਫਰੰਟ ਤੇ ਵੀ ਇਹਦੀ ਫਾਈਟ ਜ਼ਰੂਰੀ ਹੁੰਦੀ ਹੈ। ਇਹ ਇੱਕ ਹਿੱਸਾ ਬਣ ਗਿਆ ਪੰਜਾਬ ਦੇ ਵਿੱਚ, ਜਿਹਨੂੰ ਕਿ ਬਹੁਤ ਬੁਰੀ ਤਰ੍ਹਾਂ ਹੁਣ ਇਹਨੂੰ ਨੱਥ ਪਾਈ ਜਾ ਰਹੀ ਆ, ਕਾਫੀ ਹੱਦ ਤੱਕ ਨੱਥ ਪਾਈ ਜਾ ਚੁੱਕੀ ਆ। ਬਹੁਤ ਕੁਛ ਦੱਸਣ ਨੂੰ ਆ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ, ਭਗਵੰਤ ਮਾਨ ਸਾਹਿਬ ਕੋਲ, ਸਾਡੇ ਕੋਲ ਐਜ ਏ ਸਪੋਕਸਮੈਨ, ਕਿ ਨਸ਼ਾਖੋਰੀ ਰੋਕਣ ਲਈ ਤੇ ਜਿਹੜੇ ਇਹਦੇ ਵਿੱਚ ਚੇਂਜ, ਜਿਹੜੇ ਵੀ ਵੱਡੇ ਵੱਡੇ ਆਉਂਦੇ ਆ ਨਸ਼ਾ ਤਸਕਰ, ਅੱਗੇ ਨਸ਼ਾ ਤਸਕਰਾਂ ਤੱਕ ਵੱਡਿਆਂ ਤੱਕ ਨਹੀਂ ਸੀ ਸੂਈ ਜਾਂਦੀ ਹੁੰਦੀ, ਹੁਣ ਤੁਸੀਂ ਦੇਖ ਲਓ ਆਈ ਜੀ ਲੈਵਲ ਦੇ ਬੰਦੇ ਜਿਹੜੇ ਆ ਉਹ ਭਗੌੜੇ ਹੋਏ ਹੋਏ ਨੇ, ਲੁਕੇ ਹੋਏ ਨੇ, ਕੁਛ ਅਰੈਸਟ ਕਰ ਲਏ ਨੇ, ਕੁਛ ਜੇਲ੍ਹਾਂ ਪਿੱਛੇ ਆ। ਸੋ ਜੇਲ੍ਹਾਂ ਵਿੱਚ ਨੇ, ਮਤਲਬ ਕਿਸੇ ਦੀ ਵੀ ਜ਼ੀਰੋ ਟੋਲਰੈਂਸ, ਕਰਪਸ਼ਨ ਤੇ ਨਸ਼ਾਖੋਰੀ ਗੈਂਗਸਟਰਵਾਦ ਇਹਨਾਂ ਦੀ ਜ਼ਬਰ ਜ਼ੀਰੋ ਟੋਲਰੈਂਸ ਹੈ ਭਗਵੰਤ ਮਾਨ ਸਾਹਿਬ ਦੀ। ਸੋ ਇਹ ਪ੍ਰੋਫੈਸਰ ਜਿਹੜਾ ਤੁਸੀਂ ਬੜੇ ਰੋਮੈਂਟ ਨਾਲ, ਹਰਜੀਤ ਗਰੇਵਾਲ ਸਾਹਿਬ ਵੀ ਸਾਡੇ ਨਾਲ ਜੁੜ ਰਹੇ ਨੇ, ਬੀਜੇਪੀ ਆਗੂ ਨੇ। ਗਰੇਵਾਲ ਸਾਹਿਬ, ਗਵਰਨਰ ਪੰਜਾਬ ਨੇ ਇੱਕ ਗੱਲ ਕਹੀ ਹੈ ਕਿ ਪਿਛਲੇ 3 ਸਾਲਾਂ ਦੇ ਵਿੱਚ ਜਦੋਂ ਤੋਂ ਆਏ ਨੇ ਨਸ਼ਾ ਵੱਧ ਰਿਹਾ, ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕ ਵੀ ਇਸ ਦੇ ਖਿਲਾਫ਼ ਸਾਹਮਣੇ ਆਉਣ ਔਰ ਸਰਕਾਰ ਨੂੰ ਵੀ ਕਿਹਾ ਕਿ ਹੋਰ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਸਰਕਾਰ ਦੇ ਸਪੋਕਸਪਰਸਨ ਵਜੋਂ, ਸੀਨੀਅਰ ਲੀਡਰ ਵਜੋਂ ਪ੍ਰੋਫੈਸਰ ਸੰਘੇੜਾ ਸਾਡੇ ਨਾਲ ਨੇ, ਉਹ ਕਹਿ ਰਹੇ ਨੇ ਕਿ ਅਸੀਂ ਲਗਾਤਾਰ ਰਿਡਿਊਸ ਕੀਤਾ ਇਸ ਚੀਜ਼ ਨੂੰ, ਇਹ ਪਿਛਲੇ ਸਾਲਾਂ ਦੇ ਵਿੱਚ ਵਧੀ ਸੀਗੀ, ਸਾਡੇ ਤੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਵਧੀ ਸੀ ਤਕਰੀਬਨ 10-15 ਸਾਲਾਂ ਦੇ ਵਿੱਚ, ਔਰ ਇਸ ਨੂੰ ਅਸੀਂ ਆਉਂਦੇ ਹੀ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ਕੋਸ਼ਿਸ਼ਾਂ ਸਿਰੇ ਵੀ ਚੜੀਆਂ ਨੇ। ਗਰੇਵਾਲ ਸਾਹਿਬ, ਕਿਸ ਤਰੀਕੇ ਸਾਰੀ ਸਿਚੁਏਸ਼ਨ ਨੂੰ ਦੇਖਦੇ ਹੋ? ਇੱਕ ਤਾਂ ਸਭ ਤੋਂ ਬੁਰੀ ਗੱਲ ਪਤਾ ਕੀ ਹੈ ਕਿ ਸਰਕਾਰ ਜਾਂ ਆਮ ਆਦਮੀ ਪਾਰਟੀ ਇਹ ਸਮਝਦੀ ਹੈ ਜਦੋਂ ਕੋਈ ਕਿਸੇ ਬੁਰਾਈ ਦੀ ਗੱਲ ਕਰੋ ਪੰਜਾਬ ਚ ਕਿ ਸਾਡੇ ਤੇ ਇਹ ਆਰੋਪ ਲੱਗ ਰਿਹਾ। ਆਮ ਆਦਮੀ ਪਾਰਟੀ ਤੇ ਜਾਂ ਸੀਐਮ ਤੇ ਕੋਈ ਆਰੋਪ ਨਹੀਂ ਲਗਾਉਂਦਾ। ਪਹਿਲੀ ਗੱਲ ਤਾਂ ਇਹ ਹੈ ਨਸ਼ੇ ਤਾਂ ਪਹਿਲਾਂ ਵੀ ਸੀਗੇ ਤੇ ਹੁਣ ਵਧੇ ਨੇ, ਪਰ ਇਹ ਜ਼ਰੂਰ ਇਹ ਲੜਾਈ ਸਾਰਿਆਂ ਦੀ ਹੈ, ਇਕੱਲੀ ਚੀਫ ਮਿਨਿਸਟਰ ਦੀ ਨਹੀਂ। ਚੀਫ ਮਿਨਿਸਟਰ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡਦੇ, ਜੋ ਪਤਾ ਲੱਗਦਾ ਉਹ ਲਗਾਉਂਦੇ ਆ ਇਹਨਾਂ ਨੂੰ। ਇਹ ਨਾਰਕੋ ਟੈਰਰਿਜ਼ਮ ਔਰ ਇਹਨਾਂ ਦੇ ਹੱਥ ਬਹੁਤ ਲੰਬੇ ਆ, ਸਾਡੀ ਸਰਕਾਰ ਤੋਂ ਵੀ ਅਜੇ ਲੰਬੇ ਹੈਗੇ ਆ, ਸਿੱਧੀ ਗੱਲ ਇਹ ਆ। ਔਰ ਇਹਨਾਂ ਨੇ ਜੜ੍ਹਾਂ ਗਹਿਰੀਆਂ ਕਰਦੀਆਂ ਪੰਜਾਬ ਚ, ਔਰ ਇਸ ਇਸ ਕਰਕੇ ਇਹ ਜੇਲ੍ਹਾਂ ਦੇ ਵਿੱਚ ਅੱਜ ਵੀ ਇਹ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਤੇ ਉਸ ਨੂੰ ਰੋਕਣ ਦੀ ਜ਼ਰੂਰਤ ਹੈ। ਜ਼ੀਰੋ ਟੋਲਰੈਂਸ ਤੇ ਕੰਮ ਹੋ ਕੇ ਸਾਰੇ ਹੀ ਸਰਕਾਰ ਦਾ ਵੀ ਸਾਥ ਦੇਣ, ਇਹ ਬੱਚਿਆਂ ਦੇ ਜਿਹੜੇ ਮਾਂ ਬਾਪ ਨੇ ਉਹ ਵੀ ਸਾਥ ਦੇਣ। ਇਹ ਸਾਰਿਆਂ ਦਾ ਪੂਰੇ ਸਮਾਜ ਦੀ ਲੜਾਈ ਹੋ ਗਈ ਹੈ, ਇਸ ਵੇਲੇ ਸਾਡੇ ਸਮਾਜ ਦੀ ਇੱਕ ਬਹੁਤ ਬੜੀ ਬੁਰਾਈ ਹੈ।
ਇਹਨੂੰ ਉਸ ਨਜ਼ਰੀਏ ਨਾਲ ਸਰਕਾਰ ਨੂੰ ਲੈਣਾ ਚਾਹੀਦਾ, ਉਸ ਨਜ਼ਰੀਏ ਨਾਲ ਹੀ ਆਮ ਆਦਮੀ ਪਾਰਟੀ ਨੂੰ ਲੈਣਾ ਚਾਹੀਦਾ। ਇਹ ਨਹੀਂ ਲੈਣਾ ਚਾਹੀਦਾ ਕਿ ਅਸੀਂ ਉਹਨਾਂ ਤੇ ਹਮਲਾ ਕਰ ਰਹੇ ਹਾਂ ਕੋਈ ਏਦਾਂ ਦੀ ਗੱਲ ਕਹਿ ਕੇ। ਤੇ ਗਵਰਨਰ ਸਾਹਿਬ ਨੇ ਪੂਰੇ ਸਟੇਟ ਦੇ ਸੰਵਿਧਾਨਿਕ ਪ੍ਰਮੁੱਖ ਨੇ, ਉਹਨਾਂ ਨੇ ਉਸ ਤਰ੍ਹਾਂ ਦੀ ਗੱਲ ਕਹੀ ਆ ਕਿ ਵੀ ਨਸ਼ਾ ਵੱਧ ਰਿਹਾ ਔਰ ਨਸ਼ਾ ਅਜੇ ਤੱਕ ਕੰਟਰੋਲ ਚ ਨਹੀਂ ਆ ਰਿਹਾ, ਇਹ ਪੱਕੀ ਗੱਲ ਆ। ਹਾਂ, ਇਹ ਕੋਸ਼ਿਸ਼ ਕਰ ਰਹੇ, ਐਸੀ ਗੱਲ ਨੀ ਕਿ ਸਰਕਾਰ ਨੇ ਬੰਦੇ ਨੀ ਫੜੇ ਜਾਂ ਪੁਲਿਸ ਨੀ ਫੜਦੀ, ਸਾਰੀ ਪੁਲਿਸ ਵੀ ਖਰਾਬ ਨੀ ਹੈ। ਅਸੀਂ ਇਹ ਕਹਿ ਦਈਏ ਕਿ ਪੋਲੀਟੀਸ਼ਨ ਦਾ, ਪੁਲਿਸ ਅਫੀਸਰ ਦਾ, ਬਿਊਰੋਕ੍ਰੇਸੀ ਦਾ ਔਰ ਇਹ ਨੈਕਸਸ ਹੈਗਾ ਗੈਂਗਸਟਰ ਦਾ, ਟੈਰਰਿਸਟਾਂ ਦਾ, ਇਹ ਨੈਕਸਸ ਹੈ, ਇਸ ਨੂੰ ਤੋੜਨ ਦੀ ਜ਼ਰੂਰਤ ਆ। ਔਰ ਪਰ ਉਹਦੇ ਚ ਇਹ ਨੀ ਲੈਣਾ ਚਾਹੀਦਾ ਕਿ ਇਹ ਸਰਕਾਰ ਹੀ ਕਰਵਾ ਰਹੀ ਹੈ, ਤੇ ਇਹਨਾਂ ਨੂੰ ਇਸ ਨੂੰ ਇਸ ਚੀਜ਼ ਤੋਂ ਲੈਣਾ ਚਾਹੀਦਾ ਜੇ ਸੁਝਾਅ ਦਿੱਤਾ ਤਾਂ ਉਸ ਸੁਝਾਅ ਤੇ ਅਮਲ ਕਰਕੇ, ਕਿਸੇ ਨੇ ਕੋਈ ਸੂਚਨਾ ਦਿੱਤੀ ਹੈ ਉਸ ਤੇ ਅਮਲ ਕਰਕੇ ਜ਼ਰੂਰ ਕਰਨਾ ਚਾਹੀਦਾ। ਪਿੰਡਾਂ ਚ ਕਈ ਜਗ੍ਹਾ ਤਾਂ ਕਈ ਜਗ੍ਹਾ ਪੋਲੀਟੀਸ਼ੀਅਨ ਵੀ ਇਨਵੋਲਵ ਨੇ, ਇਹ ਵੀ ਮੰਨਣਾ ਪਊਗਾ ਸੰਘੇੜਾ ਸਾਹਿਬ ਨੂੰ, ਇਹ ਸਮਝਦਾਰ ਨੇ, ਤੇ ਕਈ ਜਗ੍ਹਾ ਆਫੀਸਰ ਵੀ ਇਨਵੋਲਵ ਨੇ। ਠੀਕ ਕਹਿ ਰਹੇ ਆ ਕਿ ਕਈਆਂ ਨੂੰ ਪਕੜਨ ਦੇ ਲਈ ਵੀ ਪਿੱਛੇ ਲੱਗੇ ਹੋਏ ਆ ਔਰ ਕਈ ਜਗ੍ਹਾ ਤੇ ਇਹ ਗੈਂਗਸਟਰ ਤਾਂ ਇਨਵੋਲਵ ਹੈਗੇ ਹੀ ਆ, ਉਹ ਤਾਂ ਕੰਮ ਹੀ ਇਹੀ, ਕਮਾਈ ਦਾ ਉਹਨਾਂ ਦਾ ਸਾਧਨ ਆ, ਜਾਂ ਫਿਰੌਤੀਆਂ ਨੇ ਜਾਂ ਨਸ਼ੇ ਆ, ਤੇ ਉਸ ਚ ਸਾਡੇ ਸਮਾਜ ਦੇ ਲਈ ਇੱਕ ਬੜੀ ਬੁਰਾਈ ਆ। ਇਹ ਸਾਰਿਆਂ ਨੂੰ ਇਕੱਠੇ ਹੋ ਕੇ ਮੈਂ ਪੂਰੀ ਸਮਾਜ ਨੂੰ ਹੀ ਤੁਹਾਡੇ ਮਾਧਿਅਮ ਨਾਲ ਸੱਦਾ ਦਿੰਦਾ ਕਿ ਅਸੀਂ ਸਾਰੇ ਹੀ ਸਰਕਾਰ ਦਾ ਸਹਿਯੋਗ ਕਰੀਏ। ਸਰਕਾਰ ਇਸ ਨੂੰ ਇਹ ਨਾ ਲਵੇ ਜੇ ਅਸੀਂ ਕਹੀਏ ਕਿ ਨਸ਼ੇ ਵੱਧ ਰਹੇ ਨੇ ਕਿ ਅਸੀਂ ਉਹਨੂੰ ਕ੍ਰਿਟੀਸਾਈਜ਼ ਕਰ ਰਹੇ ਹਾਂ, ਕਿਉਂਕਿ ਪਹਿਲਾਂ ਵੀ ਸੀ ਇਹ ਬੁਰਾਈ, ਬਹੁਤ ਲੰਬੇ ਸਮੇਂ ਤੋਂ ਚੱਲ ਗਈ ਔਰ ਜੜ੍ਹਾਂ ਗਹਿਰੀਆਂ ਕਰ ਗਈ ਹੈ ਪੰਜਾਬ 'ਚ। ਇਸ ਨੂੰ ਹੁਣ ਪੰਜਾਬ ਦੀ ਯੂਥ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ, ਸਾਰੇ ਮਿਲ ਕੇ ਬਚਾਈਏ, ਮਿਲ ਕੇ ਔਰ ਸਰਕਾਰ। ਪ੍ਰੋਫੈਸਰ ਸੰਘੇੜਾ, ਇਹੀ ਸਵਾਲ ਹੈ ਕਿ ਸਰਕਾਰ ਠੀਕ ਹੈ ਐਕਸ਼ਨ ਲੈ ਰਹੀ ਹੈ, ਕਾਰਵਾਈ ਕਰ ਰਹੀ ਹੈ, ਸਿਸਟਮੈਟਿਕ ਜੇਕਰ ਲੈਵਲ 'ਤੇ ਕਰੀਏ ਤਾਂ ਐਕਸ਼ਨ ਲਿਆ ਜਾ ਰਿਹਾ, ਪੁਲਿਸ ਵੀ ਐਕਸ਼ਨ ਲੈ ਰਹੀ ਹੈ ਔਰ ਸੈਂਟਰ ਦੀ ਏਜੰਸੀਜ਼ ਦੇ ਨਾਲ ਮਿਲ ਕੇ ਵੀ ਜਿਸ ਤਰੀਕੇ ਚਾਰੇ ਪਾਸੇ ਖਾਸ ਕਰਕੇ ਨਸ਼ੇ ਦੇ ਨੈਕਸਸ ਨੂੰ ਤੋੜਨ ਦੇ ਲਈ ਔਰ ਨਸ਼ਾ ਤਸਕਰਾਂ 'ਤੇ ਜਿਸ ਤਰੀਕੇ ਦੇ ਐਕਸ਼ਨ ਲਏ ਗਏ ਨੇ, ਪ੍ਰੋਪਰਟੀ ਸੀਜ਼ ਕੀਤੀ ਗਈ ਹੈ, ਸਾਰੇ ਐਕਸ਼ਨ ਹੋ ਗਏ। ਪਰ ਇੱਕ ਚੀਜ਼ ਹੋਰ ਜਿਹੜੀ ਗਰੇਵਾਲ ਸਾਹਿਬ ਵੀ ਕਹਿ ਰਹੇ ਨੇ ਕਿ ਅਸੀਂ ਇਸ ਨੂੰ ਸਮਾਜਿਕ ਪੱਧਰ 'ਤੇ ਵੀ ਇੱਕ ਬੁਰਾਈ ਵਜੋਂ ਦੇਖ ਕੇ ਔਰ ਸਮਾਜਿਕ ਪੱਧਰ 'ਤੇ ਵੀ ਲੋਕਾਂ ਨੂੰ ਵੀ ਆਪਣੇ ਨਾਲ ਸ਼ਾਮਿਲ ਕਰੀਏ ਇਸ ਦੇ ਵਿੱਚ, ਕਿਸੇ ਨਾ ਕਿਸੇ ਤਰੀਕੇ ਲੋਕਾਂ ਨੂੰ ਅਵੇਅਰ ਕਰੀਏ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਇਹ ਸਵਾਲ ਹੈਗਾ। ਇਹ ਸਿਰਫ ਇਹ ਨਹੀਂ ਕਿ ਸਰਕਾਰ ਦੀ ਕਾਰਜਸ਼ੈਲੀ 'ਤੇ ਕੋਈ ਸਵਾਲ ਹੈ, ਇਹ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਸਵਾਲ ਹੈ। ਸੋ ਇਸ ਕਰਕੇ ਲੋਕਾਂ ਨੂੰ ਵੀ ਇਨਵੋਲਵ ਕਰਕੇ ਉਹਨਾਂ ਨੂੰ ਵੀ ਇਨੀਸ਼ੀਏਟ ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਪ੍ਰੋਫੈਸਰ ਸੰਘੇੜਾ, ਦੇਖੋ ਜੀ, ਗਰੇਵਾਲ ਸਾਹਿਬ ਦਾ ਸਤਿਕਾਰ ਹੈ ਸਾਡੇ ਸਿਆਸੀ ਸਾਥੀ ਨੇ ਔਰ ਗਵਰਨਰ ਸਾਹਿਬ ਦਾ ਸਤਿਕਾਰ ਹੈ, ਗਵਰਨਰ ਦੇ ਅਹੁਦੇ ਦਾ ਸਤਿਕਾਰ ਹੈ। ਮੈਂ ਉਸ ਗੱਲ ਤੋਂ ਨਹੀਂ ਕਹਿ ਰਿਹਾ ਕਿ ਸਾਡਾ ਕ੍ਰਿਟਿਸਿਜ਼ਮ ਜਾਂ ਸਰਕਾਰ ਦਾ ਕ੍ਰਿਟਿਸਿਜ਼ਮ ਕਿਉਂ ਕੀਤਾ। ਕ੍ਰਿਟਿਸਿਜ਼ਮ ਵੀ ਜਿਹੜਾ ਅਸੀਂ ਤਾਂ ਮਿਰਰ ਇਮੇਜ ਦੇ ਤੌਰ ਤੇ ਦੇਖਦੇ ਹਾਂ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਪਰ ਮਤਲਬ ਇਹ ਆ ਵੀ ਜਿਹੜੇ ਜੋ ਗਵਰਨਰ ਸਾਹਿਬ ਨੇ ਕਿਹਾ ਹੈ, ਮੈਂ ਤਾਂ ਪਹਿਲਾਂ ਹੀ ਕਿਹਾ ਕਿ ਉਹ ਸਿਰ ਮੱਥੇ ਤੇ ਗਵਰਨਰ ਸਾਹਿਬ ਇੱਕ ਸੰਵਿਧਾਨਕ ਅਹੁਦੇ ਤੇ ਬੈਠੇ ਨੇ, ਸਾਨੂੰ ਸਾਡੇ ਨਾਲੋਂ ਵੱਧ ਤਜਰਬੇਕਾਰ ਨੇ, ਉਹਨਾਂ ਦੀਆਂ ਸੁਝਾਵਾਂ ਦਾ ਸਾਰਿਆਂ ਦਾ ਸਤਿਕਾਰ ਹੈ। ਪਰ ਪਿਛਲੇ ਸਮੇਂ ਵਿੱਚ ਨਸ਼ਾ ਘਟਿਆ ਆ, ਸਾਡੇ ਕੋਲ ਕੁਛ ਅੰਕੜੇ ਨੇ। ਇਹ ਵੱਖਰੀ ਗੱਲ ਹੈ ਕਿ ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਸੀਗੇ, ਉਹਨਾਂ ਦਿਨਾਂ 'ਚ ਸਾਰੀ ਚੀਜ਼ ਹੀ ਪੀਕ ਤੇ ਚਲੇ ਗਈ ਸੀ ਕਿਉਂਕਿ ਖੁੱਲਾ ਛੱਡਤਾ ਸੀ ਸਾਰਾ ਕੁਛ ਹੀ। ਤੇ ਉਸ ਤੋਂ ਬਾਅਦ ਮੈਂ ਇਹ ਵੀ ਮੈਂ ਦੱਸਿਆ ਹੈਗਾ ਕਿ ਇੰਟਰਨੈਸ਼ਨਲ ਕਾਰਟਰਸ ਬਣ ਗਏ ਨੇ, ਇਹ ਇਕੱਲੀ ਪੰਜਾਬ ਦੀ ਪ੍ਰੋਬਲਮ ਨਹੀਂ ਹੈ, ਸਰਹੱਦੀ ਸੂਬਾ ਆ ਨਾਲ ਲੱਗਦਾ ਹੈ, ਹੋਰ ਕਈ ਚੀਜ਼ਾਂ ਨੇ ਜਿਹੜੀਆਂ ਕੰਟਰੋਲ ਕਰਨ ਵਾਲੀਆਂ। ਈਵਨ ਪੰਜਾਬ ਪੁਲਿਸ ਵੀ, ਸੀਨੀਅਰ ਅਫੀਸਰਸ ਵੀ, ਸੂਬੇ ਗੁਆਂਢੀ ਸੂਬਿਆਂ ਦੀ ਪੁਲਿਸ ਨਾਲ ਵੀ, ਚਾਹੇ ਉਹ ਹਰਿਆਣਾ ਆ, ਚਾਹੇ ਉਹ ਦਿੱਲੀ ਆ ਨੇੜੇ ਪੈਂਦਾ ਜਿਹੜਾ, ਚਾਹੇ ਉਹ ਰਾਜਸਥਾਨ ਦਾ ਬਾਰਡਰ ਹੈ, ਚਾਹੇ ਪਾਕਿਸਤਾਨ ਦਾ ਬਾਰਡਰ ਹੈ, ਜਿਹੜੀ ਆਪਣੀਆਂ ਸਰਕਾਰਾਂ ਨੇ BSF ਸਾਰੇ ਹਾਈ ਅਫੀਸ਼ੀਅਲ ਜਿਹਨਾਂ ਕੋਆਰਡੀਨੇਟ ਕਰਦੇ ਆ ਇਸ ਮਾਮਲੇ 'ਚ,
ਤੇ ਟੈਰਰਿਜ਼ਮ ਦੇ ਮਾਮਲੇ ਤੇ ਗੈਂਗਸਟਰਵਾਦ ਦੇ ਮਾਮਲੇ ਜੀ ਜੀ ਇਮੀਡੀਏਟ ਕਮਿਊਨੀਕੇਸ਼ਨ ਆ ਕਈਆਂ ਥਾਵਾਂ ਤੇ ਹੁੰਦਾ ਆ ਕਿ ਟਿਪ ਆਫ ਤੇ ਦਿੱਲੀ ਚੋਂ ਬੰਦੇ ਫੜੇ ਜਾਂਦੇ ਆ, ਦਿੱਲੀ ਦੀ ਟਿਪ ਆਫ ਤੇ ਪੰਜਾਬ ਚ ਫੜੇ ਜਾਂਦੇ ਆ। ਸੋ ਇਹਦੇ ਬਾਰੇ ਪੂਰੀ ਆਰ ਪਾਰ ਦੀ ਲੜਾਈ ਲੜੀ ਜਾ ਰਹੀ ਹੈ। ਔਰ ਉਹਦੇ ਚ ਇੱਕ ਇਹ ਹੁੰਦਾ ਗਗਨ ਜੀ, ਜਦੋਂ ਕੋਈ ਚੀਜ਼ ਦੇ ਵਿਰੁੱਧ ਕਿਸੇ ਵਿਰੁੱਧ ਮੁਹਿੰਮ ਛੇੜੀ ਜਾਂਦੀ ਹੈ ਨਾ, ਤਾਂ ਚਰਚਾ ਵਿੱਚ ਜ਼ਿਆਦਾ ਆਉਂਦੀ ਹੈ ਤੇ ਉਹ ਮੀਡੀਆ ਦਾ ਕੰਮ ਵੀ ਹੈ। ਮੀਡੀਆ ਜਿਹੜਾ ਇੱਕ ਚੌਥਾ ਥੰਮ ਹੈ ਡੈਮੋਕ੍ਰੇਸੀ ਦਾ, ਸੋ ਇਸ ਕਰਕੇ ਇਹ ਚਰਚਾ ਵਿੱਚ ਜ਼ਿਆਦਾ ਹੈਗਾ ਆ। ਪਰ ਤੁਸੀਂ ਇੱਕ ਦੇਖੋ, ਤੁਰੰਤ ਐਕਸ਼ਨ ਹੁੰਦਾ ਆ, ਜਿੱਥੇ ਵੀ ਕਿਤੇ ਕੋਈ ਪਤਾ ਲੱਗਦਾ ਤੁਰੰਤ ਐਕਸ਼ਨ ਹੁੰਦਾ ਹੈ। ਇਦਾਂ ਨੀ ਕਿ ਉਹਦੀ ਜਿੱਪਾ ਪੋਚੀ ਹੋ ਜਾਵੇ। ਨਹੀਂ ਉਹ ਠੀਕ ਹੈ ਸੰਗੜਾ ਸਾਹਿਬ, ਸੰਗੜਾ ਸਾਹਿਬ, ਸੰਗੜਾ ਸਾਹਿਬ, ਮੇਰਾ ਸਵਾਲ ਇਹ ਸੀ ਕਿ ਕੀ ਹਜੇ ਅਵੇਅਰਨੈਸ ਦੀ ਜੇਕਰ ਗੱਲ ਕੀਤੀ ਜਾਵੇ ਔਰ ਸਮਾਜਿਕ ਪੱਧਰ ਤੇ ਨਾਲ ਪਬਲਿਕ ਨੂੰ ਲੈ ਕੇ ਚੱਲਿਆ ਜਾਵੇ ਤਾਂ ਹੋ ਸਕਦਾ ਹੈ ਕਿ ਇੰਪੈਕਟ ਹੋਰ ਵੱਡੇ ਪੱਧਰ ਤੇ ਨਜ਼ਰ ਆਵੇਗਾ। ਕਿਉਂਕਿ ਹੁਣ ਕੀ ਹੋ ਰਿਹਾ ਕਿ ਕੁਝ ਥਾਵਾਂ ਤੋਂ ਲੋਕ ਵੀ ਵੀਡੀਓ ਬਣਾ ਰਹੇ ਨੇ, ਕਿਤੇ ਨਸ਼ੇੜੀ ਕੋਈ ਨਸ਼ਾ ਕਰਦਾ ਹੈ ਜਾਂ ਕੋਈ ਨਸ਼ਾ ਵੇਚਣ ਆਉਂਦਾ ਹੈ ਤਾਂ ਲੋਕ ਉਸ ਇਲਾਕੇ 'ਚੋਂ ਸ਼ਿਕਾਇਤਾਂ ਕਰਦੇ ਨੇ ਕਿ ਦੇਖੋ ਜੀ ਸਾਡੇ ਇਲਾਕੇ ਵਿੱਚ ਇਹ ਨਸ਼ਾ ਵੇਚ ਰਿਹਾ ਹੈ ਸ਼ਖਸ, ਜਾਂ ਇਸ ਤਰੀਕੇ ਦੇ ਵੀਡੀਓ ਸਾਹਮਣੇ ਆ ਰਹੇ ਨੇ ਕਿ ਨਸ਼ਾ ਖਰੀਦਣ ਲਈ ਆਏ ਸੀਗੇ, ਉਹਨਾਂ ਨੂੰ ਸਥਾਨਕ ਪੱਧਰ ਤੇ ਬਣਾਈਆਂ ਹੋਈਆਂ ਕਮੇਟੀਆਂ ਜਿਹੜੀਆਂ ਨੇ ਉਹਨਾਂ ਨੇ ਫੜਿਆ। ਇਸ ਚੀਜ਼ ਨੂੰ ਸਮਾਜਿਕ ਪੱਧਰ ਤੇ ਲੋਕਾਂ ਦੀ ਇਨਵੋਲਵਮੈਂਟ ਜਿਹੜੀ ਹੈਗੀ ਹੈ ਉਸ ਨੂੰ ਹੋਰ ਵਧਾਉਣ ਦੀ ਲੋੜ ਹੈਗੀ ਹੈ। ਸੰਗੇੜਾ ਸਾਹਿਬ ਬਿਲਕੁਲ ਠੀਕ ਹੈ, ਇਹ ਬਹੁਤ ਵੱਡੀ ਸਮਾਜਿਕ ਬੁਰਾਈ ਆ, ਬੜੀ ਡੇਂਜਰਸ ਸਮਾਜਿਕ ਬੁਰਾਈ ਆ। ਈਵਨ ਸਾਡੀਆਂ ਜਨਰੇਸ਼ਨ ਤੇ ਅਸਰ ਪੈ ਰਿਹਾ ਇਸ ਗੱਲ ਦਾ, ਇਹ ਬਹੁਤ ਵੱਡੀ ਸਮਾਜਿਕ ਬੁਰਾਈ ਆ। ਔਰ ਲੋਕ ਵੀ ਅੱਗੇ ਨੂੰ ਜਾਗਰੂਕ ਹੋਏ ਨੇ। ਮੈਂ ਸਹਿਮਤ ਹਾਂ ਤੁਹਾਡੇ ਨਾਲ, ਗਰੇਵਾਲ ਸਾਹਿਬ ਨਾਲ ਵੀ ਇਸ ਗੱਲ ਤੇ ਸਹਿਮਤ ਹਾਂ ਕਿ ਸਮਾਜਿਕ ਪੱਧਰ ਤੇ ਐਨਜੀਓ ਰਾਹੀਂ, ਸਮਾਜਿਕ ਜਥੇਬੰਦੀਆਂ ਰਾਹੀਂ, ਸੋਸ਼ਲ ਆਰਗੇਨਾਈਜੇਸ਼ਨ ਰਾਹੀਂ ਜਿਹੜਾ ਆ ਉਹਨਾਂ ਦੀ ਵੀ ਸਪੋਰਟ ਚਾਹੀਦੀ ਆ, ਲਈ ਜਾ ਰਹੀ ਆ। ਪਰ ਉਹਦੇ ਚ ਇੱਕ ਚੀਜ਼ ਜ਼ਰੂਰ ਡਿਵੈਲਪ ਹੋਈ ਹੈ ਕਿ ਪਿੰਡਾਂ ਚ ਲੋਕ ਬਹੁਤ ਸਾਥ ਦੇਣ ਲੱਗ ਗਏ ਨੇ। ਇੱਦਾਂ ਨੀ ਹੈ ਕਿ ਜੇ ਕਿਤੇ ਕੋਈ ਪੁਲਿਸ ਵੀ ਕਾਰਵਾਈ ਕਰਦੀ ਆ ਜਾਂ ਕਿਤੇ ਸਹਿਯੋਗ ਦੀ ਲੋੜ ਪੈਂਦੀ ਆ ਤਾਂ ਲੋਕ ਦਰਸ਼ਕ ਬਣ ਕੇ ਖੜ ਜਾਂਦੇ ਆ, ਨਹੀਂ ਲੋਕ ਸਹਿਯੋਗ ਕਰਦੇ ਆ ਕਈਆਂ ਥਾਵਾਂ ਤੇ। ਤਾਂ ਇਨਫੋਰਮੇਸ਼ਨ ਨਾਲ ਹੀ ਜਿਹੜੇ ਵੱਡੇ ਵੱਡੇ ਬੰਦਿਆਂ ਦੇ ਉਂਗਲ ਗਈ ਹੈ, ਕਈ ਚੀਜ਼ਾਂ ਕੋਰਟ 'ਚ ਦੱਬੀਆਂ ਪਈਆਂ ਸੀਗੀਆਂ ਉੱਥੋਂ ਘੁਲਾਈਆਂ ਗਈਆਂ, ਕਈ ਦਫ਼ਤਰਾਂ 'ਚ ਦੱਬੀਆਂ ਪਈਆਂ ਸੀ ਉੱਥੋਂ ਘੁਲਾਈਆਂ ਗਈਆਂ। ਸੋ ਚੌ ਤਰਫਾ ਕਾਰਵਾਈ ਹੋਣੀ ਚਾਹੀਦੀ ਆ, ਇਹ ਬਿਲਕੁਲ ਗਰੇਵਾਲ ਸਾਹਿਬ ਦੀ ਸਹੀ ਗੱਲ ਹੈ। ਪਰ ਉੱਥੇ ਕਰ ਵੀ ਰਹੇ ਹਾਂ ਔਰ ਹੋਰ ਇਹਨੂੰ ਤੇਜ਼ ਕਰਾਂਗੇ। ਗਵਰਨਰ ਸਾਹਿਬ ਨੇ ਜੋ ਵੀ ਜਿਹੜੇ ਵੀ ਸੁਝਾਅ ਦਿੱਤੇ ਆ ਉਹਨਾਂ 'ਤੇ ਪੂਰੀ ਤਰ੍ਹਾਂ ਗੌਰ ਕਰਾਂਗੇ, ਉਹਨਾਂ ਨੂੰ ਵੀ ਇਨਕਾਰਪੋਰੇਟ ਕਰਾਂਗੇ ਜਿਹੜੀ ਜਿੱਥੇ ਕਿਤੇ ਵੀ ਕੋਈ ਕਮੀ ਪੇਸ਼ੀ ਹੈਗੀ ਆ। ਪਰ ਨਸ਼ਾ ਅੱਗੇ ਨਾਲੋਂ ਥੱਲੇ ਆਇਆ ਆ, ਔਰ ਇਹ ਨਹੀਂ ਮੈਂ ਕਹਿੰਦਾ ਵੀ ਸਾਈਜ਼ੇਬਲ ਤੱਕ ਪਹੁੰਚ ਗਿਆ, ਲੜਾਈ ਜਾਰੀ ਹੈ, ਲੜਾਈ ਜਾਰੀ ਹੈ। ਠੀਕ ਹੈ ਠੀਕ ਹੈ, ਸੰਗੜਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦੇ ਲਈ। ਗਰੇਵਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦੇ ਲਈ। ਸੋ ਸਿਆਸੀ ਪੱਧਰ ਦੇ ਵੱਖ ਵੱਖ ਹੋ ਕੇ ਪਰ ਇੱਕ ਚੀਜ਼ ਜਿਹੜੀ ਹੈਗੀ ਉਸ ਨੂੰ ਸਮਝਿਆ ਜਾ ਰਿਹਾ ਹੈ ਕਿ ਸਮਾਜਿਕ ਬੁਰਾਈ ਹੋਣੇ ਬਣ ਚੁੱਕੀ ਹੈ ਔਰ ਸਮਾਜਿਕ ਪੱਧਰ 'ਤੇ ਜੇਕਰ ਕੋਈ ਚੀਜ਼ ਬੁਰਾਈ ਬਣ ਜਾਵੇ ਤਾਂ ਉਹ ਉਸਦਾ ਇਰੈਡੀਕੇਸ਼ਨ, ਉਸਦਾ ਨਿਵਾਰਨ, ਉਸਨੂੰ ਹਟਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਸਮਾਜ ਨੂੰ ਨਾਲ ਲੈ ਕੇ, ਸੋਸਾਇਟੀ ਨੂੰ ਨਾਲ ਲੈ ਕੇ ਜ਼ਿਆਦਾ ਬਿਹਤਰ ਤਰੀਕੇ ਵੀ ਹੋ ਸਕਦੀ ਹੈ। ਔਰ ਇਸੇ ਕਰਕੇ ਇਹ ਵੀ ਕਿਹਾ ਜਾ ਰਿਹਾ ਕਿ ਆਮ ਲੋਕਾਂ ਨੂੰ ਨਾਲ ਲਿਆ ਜਾਵੇ, ਐਨਜੀਓਜ਼ ਨੂੰ ਨਾਲ ਲਿਆ ਜਾਵੇ, ਅਵੇਅਰਨੈਸ ਜਿਹੜੀ ਹੈਗੀ ਹੋਰ ਵਧਾਈ ਜਾਵੇ। ਸਰਕਾਰ ਦਾ ਐਕਸ਼ਨ ਆਪਣੇ ਆਪ ਵਿੱਚ ਚੱਲ ਰਿਹਾ, ਕਾਸੋ ਆਪਰੇਸ਼ਨ ਹੋਵੇ ਜਾਂ ਇਸ ਤਰੀਕੇ ਦੀ ਹੋਰ ਮੁਹਿੰਮ ਜਿਹੜੀ ਪੁਲਿਸ ਦੇ ਵੱਲੋਂ ਚਲਾਈਆਂ ਜਾਂਦੀਆਂ ਨੇ ਉਹ ਆਪਣੇ ਆਪ ਵਿੱਚ ਕਾਰਗਰ ਹੋ ਰਹੀਆਂ ਨੇ, ਆਪਣੇ ਆਪ ਵਿੱਚ ਕੀਤੀਆਂ ਵੀ ਜਾ ਰਹੀਆਂ ਨੇ। ਪਰ ਸਮਾਜਿਕ ਪੱਧਰ 'ਤੇ ਲੋਕਾਂ ਨੂੰ ਵੀ ਅਵੇਅਰ ਕਰਕੇ, ਲੋਕਾਂ ਨੂੰ ਵੀ ਨਾਲ ਜੋੜ ਕੇ ਹੋਰ ਵੱਡੇ ਪੱਧਰ 'ਤੇ ਇਸ ਦਾ ਅਸਰ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਸਕਦਾ ਹੈ। ਸੋ ਨਸ਼ੇ ਨੂੰ ਲੈ ਕੇ ਗਵਰਨਰ ਦਾ ਬਿਆਨ ਔਰ ਉਸ ਦੇ ਨਾਲ ਸਰਕਾਰ ਦੇ ਨੁਮਾਇੰਦੇ ਵੀ ਉਸ ਦੇ ਨਾਲ ਇਤਫਾਕ ਰੱਖਦੇ ਨੇ ਕਿ ਇਹ ਚੀਜ਼ ਜਿਹੜੀ ਹੈਗੀ ਹੈ, ਹਾਲਾਂਕਿ ਇਹ ਜ਼ਰੂਰ ਹੈ ਕਿ ਅੰਕੜੇ ਜ਼ਰੂਰ ਉਹ ਕਹਿ ਰਹੇ ਨੇ ਕਿ ਅੰਕੜੇ ਜਿਹੜੇ ਨੇ ਉਹ ਕਹਿੰਦੇ ਨੇ ਕਿ ਨਸ਼ਾ ਪਹਿਲਾਂ ਨਾਲੋਂ ਘਟਿਆ, ਪਰ ਹਜੇ ਵੀ ਹੈਗਾ ਲੜਾਈ ਸਾਡੀ ਇਸ ਦੇ ਖਿਲਾਫ ਜਾਰੀ।